ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਗਈ ਸੀ ਉਹਨੂੰ ਲੈ ਕੇ ਸਿਆਸਤ ਜਿਹੜੀ ਕਿ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਦੇ ਸੀਪੀ ਦਫ਼ਤਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਅਕਾਲੀ ਦਲ ਦੀ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ। ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸਾਡੇ ਨਾਲ ਮੌਜੂਦ ਹਨ, ਗੱਲਬਾਤ ਕਰਨ। ਰਣੀਕੇ ਸਾਹਿਬ, ਕੀ ਕਹਿਣਾ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਸ਼ਬਦਾਵਲੀ ਬੋਲੀ ਗਈ ਸੀ? ਅੱਜ ਅਸੀਂ ਇੱਥੇ ਲੁਧਿਆਣਾ ਦੇ ਵਿੱਚ ਦੋਨੋਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝਾ ਵਫ਼ਦ ਜਿਹੜਾ ਉਹ ਕਮਿਸ਼ਨਰ ਸਾਹਿਬ ਨੂੰ ਮਿਲੇ ਨੇ ਅਤੇ ਕੁਝ ਦਿਨ ਪਹਿਲਾਂ ਦੋਨਾਂ ਪਾਰਟੀਆਂ ਦਾ ਜਿਹੜਾ ਸਮਝੌਤਾ ਆਇਆ ਸੀ, ਮੈਂ ਸਮਝਦਾ ਕਿ ਪਹਿਲੀ ਵਾਰੀ ਜਦੋਂ ਦਾ ਦੇਸ਼ ਯਾਦ ਯਾਤਰਾ ਵੇਖਣ ਨੂੰ ਆਇਆ ਕਿ ਸਮਝੌਤਾ ਹੋਇਆ ਅਤੇ ਇੰਨੀਆਂ ਉਹਨਾਂ ਨੂੰ ਕਾਂਗਰਸ ਨੂੰ ਬਲਹਾੜ ਆ ਗਈ ਵੀ ਪਤਾ ਨਹੀਂ ਕੀ ਤੂਫਾਨ ਖੜਾ ਹੋ ਗਿਆ ਉਹਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਵੀ ਉਹ ਸ਼ਬਦ ਅਪਵਰਤਨ ਲੱਗ ਪਏ। ਔਰ ਜਿਹੜੇ ਉਹਨਾਂ ਨੇ ਸ਼ਬਦ ਦੋਨਾਂ ਹੀ ਜਗ੍ਹਾ 'ਤੇ ਜਿਹੜੀਆਂ ਇਤਿਹਾਸਿਕ ਜਗ੍ਹਾ ਨੇ, ਪਵਿੱਤਰ ਜਗ੍ਹਾ ਨੇ, ਜਿੱਥੋਂ ਇਨਸਾਨੀਅਤ ਦੀ ਆਵਾਜ਼ ਉੱਠੀ ਆ, ਪੰਜ ਪਿਆਰੇ ਗੁਰੂ ਸਾਹਿਬ ਨੇ ਉੱਥੇ ਸਜੇ ਹੀ ਕਿ ਡੈਮੋਕ੍ਰੇਸੀ ਸ਼ੁਰੂ ਉੱਥੋਂ ਹੀ ਸ਼ੁਰੂ ਕੀਤੀ ਜਿਹੜੀ ਅੱਜ ਅਸੀਂ ਕਰ ਰਹੇ ਹਾਂ। ਦੋਨੋਂ ਇਹ ਗੱਲ ਕਹਿਣੀ, ਮੈਂ ਸਮਝਦਾ ਕਿ ਉੱਥੋਂ ਐਮ ਪੀ ਵੀ ਰਹਿਣਾ ਉਹਦਾ ਆਪਣੇ ਬਿੱਟੂ ਜੀ ਦਾ, ਇਹ ਸ਼ਬਦ ਕਹਿਣੇ ਜਾਂ ਤਾਂ ਜਾਣ ਬੁੱਝ ਕੇ ਕਹਿਣ ਡਿਆ ਅਤੇ ਜਾਂ ਉਹਨੂੰ ਪਤਾ ਨਹੀਂ, ਮੇਰਾ ਖਿਆਲ ਜਾਣ ਬੁੱਝ ਕੇ ਵਾਲੀ ਗੱਲ, ਜਿੱਥੋਂ ਦਾ ਆਪ ਰਿਹਾ ਹੋਵੇ 5 ਸਾਲ ਐਮ ਪੀ ਦੇ, ਉਹ ਇਹੋ ਜਿਹੀਆਂ ਗੱਲਾਂ ਕਰੇ। ਮੈਂ ਜਿੰਨੀ ਵੀ ਨਿੰਦਿਆ ਕਰੀਏ ਥੋੜ੍ਹੀ, ਉਸ ਸਿੱਖ ਸਮਾਜ ਦੀ ਔਰ ਦਲਿਤ ਭਾਈਚਾਰੇ ਦੇ ਹਿਰਦੇ ਜਿਹੜੇ ਵਰੂੰਧਰੇ ਗਏ ਆ, ਪੰਜਾਬ ਦੇ ਵਿੱਚ ਬਹੁਤ ਵੱਡਾ ਤੂਫਾਨ ਖੜਾ ਹੋਇਆ ਪਿਆ ਵੀ ਇਹਨਾਂ ਨੇ ਇਹ ਸ਼ਬਦ ਜਿਹੜੇ ਕਹੇ ਨੇ। ਅਤੇ ਹਮੇਸ਼ਾ ਹੀ ਇਹ ਸਰਕਾਰਾਂ ਪਹਿਲਾਂ ਲੰਬਾ ਸਭਾ ਇਹਨਾਂ ਦੀਆਂ ਵੋਟਾਂ ਨੇ ਬਣਾਉਂਦੇ ਰਹੇ, ਉਦੋਂ ਇਹਨਾਂ ਨੂੰ ਅਪਸ਼ਬਦ ਜਿਹੜੇ ਉਹੋ ਜਿਹੇ ਵਰਤਣੇ ਜਿਹੜੇ ਉਹ ਮਨ ਸ਼ੋਭਾ ਨਹੀਂ ਦਿੰਦੇ, ਉਦੋਂ ਪਵਿੱਤਰ ਨਹੀਂ ਸੀ ਜਦੋਂ ਵੋਟਾਂ ਲੈਂਦੇ ਸੀ, ਜਦੋਂ ਸਾਰਾ ਕੁਝ ਕਰਦੇ ਐਮ ਪੀ ਦੌਰਾ ਬਣ ਕੇ ਗਿਆ, ਉਸੇ ਸੰਵਿਧਾਨ ਦੀ ਸਹੁੰ ਖਾ ਰਿਹਾ। ਡਾਕਟਰ ਅੰਬੇਦਕਰ ਸਾਹਿਬ ਨੇ ਜਦੋਂ ਚੇਅਰਮੈਨ ਸੀ ਉਹਦੀ ਕਮੇਟੀ ਦਾ ਜਿਹੜੀ ਇਹ ਸੰਵਿਧਾਨ ਜਿਹਨੇ ਬਣਾਇਆ ਸੀ, ਇਸ ਕਰਕੇ ਜਦੋਂ ਇੱਥੇ ਆ ਜਿਹੜੀ ਚਮਕੌਰ ਸਾਹਿਬ ਦੀ ਆ, ਉੱਥੇ ਉਹਨਾਂ ਦਾ ਮੰਤਰੀ ਆਇਆ ਹੋਇਆ ਜਿਹੜਾ ਉਹ ਰਿਜ਼ਰਵ ਸੀਟ ਆ, ਉੱਥੇ ਉਹ ਰਿਜ਼ਰਵ ਖਾਤੇ ਦੇ ਵਿੱਚੋਂ, ਇਹਦਾ ਮਤਲਬ ਉਹ ਵੀ ਪੁੱਤਰ ਆ, ਉਹ ਵੀ ਚੁੱਪ ਕਰਕੇ ਬੈਠਾ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ ਹਿਰਤੇ ਵੀ ਤੂੰ ਇਹੋ ਜਿਹੇ ਸ਼ਬਦ ਜਿਹੜੇ ਵਰਤ ਰਿਹਾ, ਕਿਉਂਕਿ ਉਹ ਸੀਟ ਉੱਥੋਂ ਹਮੇਸ਼ਾ ਹੀ ਬੰਦਾ ਰਿਜ਼ਰਵ ਲਾਉਂਦਾ, ਰਿਜ਼ਰਵ ਜਿੱਤਦਾ। ਇਹ ਸ਼ਬਦ ਵਰਤਣ ਇੱਥੇ ਇਹੀ ਮੰਗ ਕਰ ਉੱਥੇ ਅੱਜ ਕਮਿਸ਼ਨਰ ਸਾਹਿਬ ਦੇ ਆਏ ਵੀ ਉਹਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਆ, ਉੱਥੇ ਪਰਚਾ ਵੀ ਦਰਜ ਕਰੋ ਐਸ ਸੀ ਐਕਟ ਦੇ ਅਨੁਸਾਰ, ਔਰ ਉੱਥੇ ਉਹਨੂੰ ਫੜ ਕੇ ਅੰਦਰ ਵੀ ਦਿਓ, ਅਤੇ ਨਾਲ ਉਹਦੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਕਾਂਗਰਸ ਦੀ, ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ, ਸੋਨੀਆ ਜੀ ਨੂੰ, ਰਾਹੁਲ ਜੀ ਨੂੰ ਜਾਂ ਹੋਰ ਸਾਰੇ ਆ, ਵੀ ਉਹ ਪਾਰਟੀ ਤੌਰ 'ਤੇ ਸ਼ਾਸਕੀ ਕਾਰਵਾਈ ਵੀ ਜਿਹੜੀ ਕਰਨ, ਕਿ ਇਹੋ ਜਿਹੇ ਨੇਤਾ ਨੇ, ਲੀਡਰ ਨੇ, ਉਹ ਦੇਸ਼ ਦੇ ਵਿੱਚ ਵੀ ਅਤੇ ਪੰਜਾਬ 'ਚ ਸਟੇਟਾਂ ਦੇ ਵਿੱਚ ਵੀ ਇਹੋ ਜਿਹੇ ਬਿਆਨ ਦੇ ਕੇ ਭੜਕਾਊ ਜਿਹੜੇ ਹਫੜਾ ਦਫੜੀ ਮਚਾਉਂਦੇ, ਅੱਗੇ ਤੋਂ ਕਿ ਇਹੋ ਜਿਹਾ ਲੀਡਰ ਬਿਆਨ ਜਿਹੜਾ ਨਾ ਦੇਵੇ, ਔਰ ਬੜੀਆਂ ਵੱਡੀਆਂ ਠੇਸ ਵੱਲ ਪਹੁੰਚੀ ਸਾਰੇ ਸਮਾਜ ਦੇ ਲੋਕ ਨੇ, ਉਹਦੀ ਅਜਿਹੀ ਨਿੰਦਿਆ ਵੀ ਕੀਤੀ ਹੈ ਅਤੇ ਮੰਗ ਵੀ ਕੀਤੀ ਹੈ ਵੀ ਉਹ ਕਾਰਵਾਈ ਜਿਹੜੀ ਕਰੋ। ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਦੋਸਤ ਤੋਂ ਬਾਅਦ ਬਿਆਨ ਜਾਰੀ ਕੀਤਾ ਗਿਆ, ਉਹ ਕਹੇ ਕਿ ਅਕਾਲੀ ਦਲ ਇਸ ਦੇ ਉੱਤੇ ਰਾਜਨੀਤੀ ਕਰਦਾ ਪਿਆ, ਮੇਰਾ ਕਹਿਣਾ ਮਤਲਬ ਇਹ ਨਹੀਂ ਸੀ ਹੈਗਾ ਕਿ ਜਿਹੜੀ BSP ਹੈ ਉਹ SC ਹੈ। ਰਾਜਨੀਤੀ ਪਹਿਲਾਂ ਕਿਉਂ ਨਹੀਂ ਕਰਦੀ, ਜਾਂ ਬਿੱਟੂ ਨੂੰ ਕੀ ਇੰਨੀ ਜ਼ਿਆਦਾ ਆ ਗਈ ਵੀ ਇਹ ਸਮਝੌਤਾ ਕੀ ਅਧਿਕਾਰ ਨੇ ਦੂਜੀ ਪਾਰਟੀ ਨੂੰ ਆਪਾਂ ਕਹੀਏ ਵੀ ਤੁਸੀਂ ਆਹ ਕੰਮ ਨਾ ਕਰੋ, ਇਹੀ ਕਦੀ ਉਹਨਾਂ ਦੀ ਪਾਰਟੀ 'ਚ ਜਾਂ ਦੂਜੀਆਂ ਪਾਰਟੀਆਂ ਕਦੀ ਦਖਲ ਦਿੰਦੀਆਂ ਵੀ ਕਾਂਗਰਸ ਸਮਝੌਤਾ ਕਰੇ ਨਾ ਕਰੇ, ਉਹਨਾਂ ਨੂੰ ਕੀ ਏਡੀ ਮਜਬੂਰੀ ਬਣ ਕੇ ਜਿਹੜੀ ਹੈ ਕਿ ਪਹਿਲੀ ਵਾਰੀ ਕਿ ਦੋਨਾਂ ਪਾਰਟੀਆਂ ਨੂੰ ਖਿਲਾਫ਼ ਉਹਨਾਂ ਦੇ ਬੋਲਣਾ ਅਪਸ਼ਬਦ ਵਰਤਣੇ, ਇਹ ਕਿੱਥੋਂ ਦੀ ਗੱਲ ਹੈ? ਮੈਨੂੰ ਸ਼ੋਭਾ ਦਿੰਦੇ ਇਹੋ ਜਿਹੀਆਂ ਗੱਲਾਂ, ਇਸ ਕਰਕੇ ਉਹ ਰਾਜਨੀਤੀ ਵਾਲਾ ਤਾਂ ਮਸਲਾ ਹੀ ਕੋਈ ਨਹੀਂ, ਇਹ ਤਾਂ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਆ, ਕੌਮ ਦੇ ਮਨ ਨੂੰ ਠੇਸ ਪਹੁੰਚੀ ਆ, ਦਲ ਸਮਾਜ ਦੇ ਨੂੰ ਪਹੁੰਚੀ ਆ, ਇਸ ਕਰਕੇ ਇਹ 'ਚ ਕੋਈ ਰਾਜਨੀਤੀ ਵਾਲੀ ਗੱਲ ਦੂਰ ਦੀ ਵੀ ਨਹੀਂ ਹੈਗੀ। ਸਰ ਜਿਹੜਾ ਤੁਸੀਂ BSP ਨਾਲ ਗਠਬੰਧਨ ਕੀਤਾ, ਉਹਦੇ 'ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੋ ਇੰਚਾਰਜ ਨੇ ਪੰਜਾਬ ਦੇ ਰਾਘਵ ਚੱਡਾ ਜੀ, ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਵੀ ਅਕਾਲੀ ਦਲ ਹੁਣ ਆਪਣੇ ਸਹਾਰੇ ਤੁਰ ਨਹੀਂ ਸਕਦੀ, ਇਸ ਕਰਕੇ ਉਹਨਾਂ ਵੱਲੋਂ ਫੋੜੀਆ ਜਿਹੜਾ ਸਹਾਰਾ ਲਿਆ ਗਿਆ। ਇਸ ਤੋਂ ਪਹਿਲਾਂ ਵੀ ਤੁਹਾਡਾ ਗਠਬੰਧਨ ਹੋਇਆ ਸੀ 1996 ਦੇ ਵਿੱਚ, ਉਸ ਤੋਂ ਬਾਅਦ ਟੁੱਟ ਜਾਂਦਾ। 96 ਦੇ ਵਿੱਚ ਆਇਆ ਸੀ ਤੁਰੋ, ਤੁਸੀਂ ਰਿਜ਼ਲਟ ਦੇਖੇ ਸੀ ਵੀ 3 MP ਜਿਹੜੇ 11 ਸੀਟਾਂ ਸੀ, ਜਿਹੜੇ 8 ਸ਼੍ਰੋਮਣੀ ਅਕਾਲੀ ਦਲ ਬਣੇ ਅਤੇ 11 ਤਿੰਨਾਂ ਦੇ ਵਿੱਚ 3 ਇਹਨਾਂ ਦੇ ਬਹੁਜਨ ਸਮਾਜ ਪਾਰਟੀ ਦੇ ਬਣੇ ਸੀ, ਔਰ ਉਹ ਕੁਝ ਕਾਰਨਾਂ ਕਰਕੇ ਹੋਇਆ ਕਿ ਇਹੋ ਜਿਹੀ ਗੱਲ ਨਹੀਂ ਕਿ ਸਮਝੌਤਾ ਪੱਕਾ ਹੀ ਚੱਲੂਗਾ, ਚੱਲਦਾ ਰਹੇਗਾ, ਔਰ ਵਿਚਾਰਧਾਰਾ ਰਲਦੀ ਹੈ ਲੀਡਰਾਂ ਦੀ। ਸਾਡੇ ਸਤਿਕਾਰੀ ਉਹ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਭੈਣ ਮਾਇਆਵਤੀ ਜੀ ਨਾਲ ਪਹਿਲਾਂ ਵਿਚਾਰਾਂ ਹੋਈਆਂ ਨੇ, ਸੋਚ ਸਮਝ ਕੇ ਸਾਰਾ ਫੈਸਲਾ ਜਿਹੜਾ ਬੜੇ ਵਧੀਆ ਢੰਗ ਨਾਲ ਹੋਇਆ। ਇਹੋ ਜਿਹੀ ਕੋਈ ਗੱਲ ਨਹੀਂ ਕਿ ਉਹਦੇ ਵਿੱਚ ਕੋਈ ਹੋਵੇ ਸਾਥੀ ਜਾਂ ਦੂਜੀ ਦੂਜੀ, ਉਹ ਪੰਜਾਬ ਦੇ ਭਲੇ ਦੀ ਗੱਲ ਹੋਈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜੇ ਕੋਈ ਇਨਸਾਫ ਮਿਲਣਾ, ਜਾਂ ਪੰਜਾਬ ਦੇ ਵਿੱਚ ਇੰਨਾ ਕ੍ਰਾਈਮ ਚੱਲ ਰਿਹਾ, ਇੰਨਾ ਅਤਿਆਚਾਰ ਚੱਲ ਰਿਹਾ, ਭਲਾਈ ਸਕੀਮਾਂ ਸਾਰੀਆਂ ਬੰਦ ਕਰਤੀਆਂ ਉਹਨਾਂ ਨੇ, ਇਹ ਸਾਰਾ ਕੁਝ ਮੁੜ ਉਸੇ ਲੀਹ ਦੇ ਲਿਆਉਣ ਵਾਸਤੇ ਪਾਰਟੀਆਂ ਦੋਵਾਂ ਦੀ ਸੋਚ ਰਹੀ ਵੀ ਉਹਨੂੰ ਅੱਗੇ ਉਸੇ ਲਿਆਉਣ ਵਾਸਤੇ ਜ਼ਰੂਰੀ ਆ ਕਿ ਸਰਕਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਆਵੇ, ਤਾਂ ਜੋ ਲੋਕਾਂ ਨੂੰ ਇਨਸਾਫ ਜਿਹੜਾ ਪੰਜਾਬ 'ਚ ਮਿਲ ਸਕੇ। ਰਣੀਕੇ ਸਾਹਿਬ, ਆਉਣ ਵਾਲੀ ਕੀ ਰਣਨੀਤੀ ਰਹੂਗੀ ਜੇਕਰ ਰਵਨੀਤ ਸਿੰਘ ਬਿੱਟੂ 'ਤੇ ਕਾਰਵਾਈ ਨਾ ਕੀਤੀ ਗਈ? ਆਉਣ ਵਾਲੀ ਰਾਜਨੀਤੀ ਫਿਰ ਸਾਰੀ ਸੀਨੀਅਰ ਲੀਡਰਸ਼ਿਪ, ਸਾਡੀ ਕੋਰ ਕਮੇਟੀ ਵੀ ਆ, ਬਹੁਜਨ ਵਾਲੇ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਉਹ ਬਹਿ ਕੇ ਜੋ ਫੈਸਲਾ ਅੱਗੇ ਕਰੇਗੀ ਫਿਰ ਉਹਦੇ ਹਿਸਾਬ ਨਾਲ ਲਵਾਂਗੇ।
ਦੋਨਾਂ ਪਾਰਟੀਆਂ ਦੇ ਜਿਹੜੇ ਕਿ ਨੁਮਾਇੰਦੇ ਨੇ ਉਹਨਾਂ ਦੇ ਨਾਲ ਸਾਂਝੀ ਮੀਟਿੰਗ ਕਰਕੇ ਵਿੱਚ ਫੈਸਲਾ ਲਿਆ ਜਾਏਗਾ ਕਿ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਜੇਕਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਿਸ ਤਰ੍ਹਾਂ ਦਾ ਪਾਰਟੀ ਡਿਸੀਜ਼ਨ ਲੈਣਗੇ ਅਤੇ ਕਿਸ ਤਰ੍ਹਾਂ ਦੇ ਨਾਲ ਅੱਗੇ ਜਿਹੜੇ ਪ੍ਰੋਗਰਾਮ ਉਹ ਲਿਖੇ ਜਾਣਗੇ। ਕੈਮਰਾ ਪਰਸਨ ਪਵਨ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੈਨਿਕ ਸਵੇਰਾ ਲੁਧਿਆਣਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।